ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਵੀ ਜਿਹੜਾ ਮੁਖਤਿਆਰ ਅੰਸਾਰੀ ਵੀ ਗੈਂਗਸਟਰ ਸੀ ਉਹਨੂੰ ਜੇਲ੍ਹ 'ਚ ਰੱਖਣ ਦਾ ਜੋ ਵੀ ਖਰਚਾ ਆਇਆ ਉਸ ਟਾਈਮ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਕੋਲ ਵਸੂਲਿਆ ਜਾਏਗਾ। ਸਾਡਾ ਸੁਰਿੰਦਰ ਸਿੰਘ ਰੰਧਾਵਾ ਜੋ ਉਸ ਟਾਈਮ ਦੇ ਗ੍ਰਹਿ ਮੰਤਰੀ ਉਹ ਜੇਲ੍ਹ ਮੰਤਰੀ ਸੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਸੀ ਐਮ ਦਾ ਕਹਿਣਾ ਜੀ ਤੁਹਾਡੀ ਤਨਖਾਹਾਂ 'ਚੋਂ ਪੈਸੇ ਵਸੂਲੇ, ਕੀ ਤੁਹਾਡਾ ਕਹਿਣਾ? ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਕਿ ਸੀ ਐਮ ਨੋਟਿਸ ਭੇਜੇ ਅਤੇ ਉਹਦਾ ਜਵਾਬ ਮੈਂ ਉਸ ਟਾਈਮ ਦੇਵਾਂਗਾ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਮੇਰੇ ਖਿਆਲ ਕਿ ਸੀ ਐਮ ਦਾ ਥੋੜ੍ਹਾ ਜਿਹਾ ਤਵਾਜਨ ਦਿਮਾਗ ਦਾ ਵਿਗੜ ਗਿਆ ਲੱਗਦਾ, ਔਰ ਜ਼ਿਆਦਾ ਨਾ ਵਿਗੜ ਜਾਏ ਕਿ ਹਰ ਚੀਜ਼ ਨੂੰ ਈਵੈਂਟ ਬਣਾਉਣਾ ਇਹ ਬਹੁਤ ਮੰਦਭਾਗੀ ਗੱਲ ਹੈ। ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਐਲੀਗੇਸ਼ਨ ਲਾਉਣਾ, ਕਿਉਂਕਿ ਨਾ ਆਪਣਾ ਤਾਂ ਇਹਨਾਂ ਦਾ ਕੋਈ ਅਜੇ ਕੋਈ ਪੁਰਾਣੀ ਗੱਲਬਾਤ ਹੈ ਨਹੀਂ, ਅਤੇ ਸਾਡੇ ਪਰਿਵਾਰਾਂ ਦੇ ਇੰਨੇ ਸਾਲ ਹੋ ਗਏ ਅੱਜ ਤੱਕ ਕੋਈ ਉਂਗਲ ਨਹੀਂ ਖੜੀ ਕਰ ਸਕਿਆ, ਉਹਦੇ ਨਾਲ ਦੁੱਖ ਵੀ ਲੱਗਦਾ। ਅਤੇ ਦੂਸਰੀ ਚੀਜ਼ ਮੈਂ ਚੀਫ ਮਿਨਿਸਟਰ ਨੂੰ ਕਹਿਣੀ ਚਾਹੁੰਦਾ ਕਿ ਅਜੇ ਤੱਕ ਪੈਸੇ ਰਿਲੀਜ਼ ਨਹੀਂ ਹੋਏ, ਇਹਦਾ ਮਤਲਬ ਕਿ ਚੀਫ ਮਿਨਿਸਟਰ ਰਿਲੀਜ਼ ਕਰੇਗਾ। ਅਸੀਂ ਰਿਜੈਕਟ ਫਾਈਲ ਕੀਤੀ, ਮੇਰੇ ਵੱਲੋਂ ਹੋਈ ਆ, ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਨੇ ਵਕੀਲ ਕੀਤਾ। ਅਤੇ ਦੂਸਰੀ ਮੈਂ ਇੰਡਸਟਰੀ ਦੇਣੀ ਚਾਹੁੰਦਾ ਕਿ ਜੇਲ੍ਹ ਮਿਨਿਸਟਰ ਵੀ ਅੱਛੀ ਸੀ ਐਮ, ਕਿ ਜੇਲ੍ਹਾਂ ਜਿਹੜੀਆਂ ਨੇ ਇਹ ਕੋਰਟ ਬੰਦੇ ਭੇਜ ਰਹੀਆਂ, ਨਾ ਕਿ ਬੰਦਾ ਸਿੱਧਾ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਸਾਹਿਬ ਇਹ ਕਿਤੇ ਭੁੱਲ ਨਾ ਘਰ ਬੈਠੋ ਕਿ ਸਿੱਧਾ ਵਾਰਡ ਦੋ ਅਤੇ ਬਾਅਦ 'ਚ ਆਪ ਹੀ ਫਸੇ ਫਿਰੋ। ਅਦਾਲਤਾਂ ਦੇ ਅਸੀਂ ਕਸਟੋਡੀਅਨ ਆ, ਅਦਾਲਤ ਭੇਜਦੀ ਆ, ਅਦਾਲਤ ਛੱਡਦੀ ਆ, ਅਦਾਲਤ ਹੀ ਜੇਲ੍ਹ 'ਚ ਭੇਜਦੀ ਅਤੇ ਅਦਾਲਤ ਹੀ ਬਾਹਰ ਜੇਲ੍ਹ 'ਚੋਂ ਬਾਹਰ ਖੜ੍ਹਦੀ ਆ। ਉਹਦੇ 'ਚ ਨਾ ਮੰਤਰੀ ਅਤੇ ਨਾ ਗੌਰਮੈਂਟ ਦਾ ਕੋਈ ਰੋਲ ਨਹੀਂ ਹੁੰਦਾ। ਦੂਸਰੀ ਚੀਜ਼, ਮੇਰੇ ਟਾਈਮ 'ਤੇ ਫਾਈਲ ਆਈ ਸੀ, ਉਹਦੇ 'ਤੇ ਮੈਂ ਲਿਖ ਕੇ ਭੇਜ ਦਿੱਤਾ ਕਿ ਉਦੋਂ ਕੋਈ ਚੀਫ ਸੈਕਟਰੀ ਦੀ, ਹੋਮ ਸੈਕਟਰੀ ਜੇਲ੍ਹ ਦੀ, ਜਿਸ ਵੇਲੇ ਕੈਪਟਨ ਆਫ ਸਾਹਿਬ ਦਾ ਟਾਈਮ ਸੀ, ਉਹਦੇ 'ਚ ਆਈ ਸੀਗੇ ਕਿ ਕਮੇਟੀ ਬਣਾਈ ਗਈ। ਮੈਂ ਉਹਨਾਂ ਭੇਜ ਦਿੱਤਾ ਕਿ ਤੁਸੀਂ ਆਪਣੇ ਲੈਵਲ 'ਤੇ ਕਰੋ, ਮੈਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ। ਜਦੋਂ ਨੋਟਿਸ ਆਏਗਾ ਠੋਕ ਕੇ ਜਵਾਬ ਦਊਂਗਾ, ਔਰ ਕੋਰਟ 'ਚ ਵੀ ਜਾਊਂਗਾ, ਔਰ ਕੰਟੈਂਪਟ ਵੀ ਪਾਊਂਗਾ। ਸਰ, ਉਹਨਾਂ ਦਾ ਕਹਿਣਾ ਜੀ ਇਹਨਾਂ ਨੂੰ ਸੀ ਐਮ ਰੱਖਣ ਵਾਸਤੇ ਇਹਨਾਂ ਹਾਈ ਵੱਡੇ ਵੱਡੇ ਲੈਵਲ ਦੇ ਵਕੀਲ ਕੀਤੇ, ਜ਼ਿਆਦਾ ਖਰਚ ਕੀਤੇ। ਬਸ਼ੰਬਰ, ਇਹ ਮੈਂ ਇਹ ਕਰਨੇ ਨਹੀਂ, ਜਿਹੜਾ ਮੈਂ ਮੁਜਰਮ ਵੱਲੋਂ ਨਹੀਂ ਪੇਸ਼ ਹੋਇਆ, ਰਿਸਪੋਂਡੈਂਟ ਸੀਗੇ ਅਸੀਂ ਜੇਲ੍ਹ ਡਿਪਾਰਟਮੈਂਟ। ਜੇਲ੍ਹ ਡਿਪਾਰਟਮੈਂਟ ਨੂੰ ਇਹ ਹੁਣ ਵੀ ਜਦੋਂ ਕੋਈ ਕੇਸ ਹੁੰਦਾ ਤਾਂ ਇਹ ਮੁੱਖ ਮੰਤਰੀ ਬਾਹਰੋਂ ਵਕੀਲ ਹਾਇਰ ਕਰਦੇ, ਹੋਣ ਵਾਲੀ ਗੌਰਮੈਂਟ ਵੀ ਮੇਰੇ ਖਿਆਲ ਸਾਡੇ ਤੋਂ ਵੱਧ ਕੀਤੇ ਹੋਣਗੇ ਇਹਨਾਂ ਨੇ। ਉਹਦੇ 'ਚ ਉਹਨਾਂ ਨੇ ਕੀਤਾ ਡਿਫੈਂਡ ਡਿਪਾਰਟਮੈਂਟ ਨੂੰ ਨੇ ਕੀਤਾ, ਗੌਰਮੈਂਟ ਨੂੰ ਡਿਫੈਂਡ ਕਰਨਾ ਹੁੰਦਾ, ਉਹ ਜੇਲ੍ਹ ਡਿਪਾਰਟਮੈਂਟ ਦਾ ਕੰਮ ਹੀ ਨਹੀਂ। ਵਕੀਲ ਕਰਨਾ ਹੋਮ ਡਿਪਾਰਟਮੈਂਟ ਦਾ ਕੰਮ ਹੁੰਦਾ, ਅਤੇ ਐਡਵੋਕੇਟ ਜਨਰਲ, ਐਡਵੋਕੇਟ ਜਨਰਲ ਜਾਂ ਪੇਸ਼ ਹੋ ਜਾਵੇ, ਬਹੁਤ ਨਹੀਂ ਹੁੰਦਾ ਅਤੇ ਉਹਨੂੰ ਕਰਕੇ ਉਹ ਹੋਮ ਡਿਪਾਰਟਮੈਂਟ ਕੋਲ ਜਾਂਦੀ, ਮਹਿਕਮੇ ਕੋਲ ਫਾਈਲ ਨਹੀਂ ਆਉਂਦੀ। ਮੇਰੇ ਖਿਆਲ ਪੜ੍ਹਿਆ ਨਹੀਂ ਸੀ ਐਮ ਨੇ ਕੁਝ ਵੀ ਉਹਦੇ 'ਚੋਂ। ਇਸ ਤਰ੍ਹਾਂ ਸੁਰਿੰਦਰ ਸਿੰਘ ਰੰਧਾਵਾ ਜਿਹਨਾਂ ਦਾ ਕਹਿਣਾ ਜੀ, ਜੇ ਜਦੋਂ ਮੈਨੂੰ ਨੋਟਿਸ ਆਏਗਾ ਮੈਂ ਉਹਨਾਂ ਦਾ ਜਵਾਬ ਦੇ ਦਾਂਗਾ। ਦੂਜੀ ਗੱਲ ਵੀ, ਜੋ ਪੇਸ਼ ਰੱਖਣਾ ਉਹ ਕੋਰਟ ਦੇ ਆਰਡਰ ਦੇ ਬੰਦਾ ਰੱਖਦੇ, ਨਾ ਕਿ ਆਪਣੇ ਆਪ ਸਰਕਾਰ ਰੱਖਦੀ ਆ। ਜਿਵੇਂ ਜਿਹੜਾ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਵੀ ਜਿਹੜਾ ਮੁਖਤਿਆਰ ਅੰਸਾਰ ਵੀ ਗੈਂਗਸਟਰ ਸੀ ਉਹਨੂੰ ਜੇਲ੍ਹ 'ਚ ਰੱਖਣ ਦਾ ਜੋ ਵੀ ਖਰਚਾ ਆਇਆ ਉਸ ਟਾਈਮ ਦੇ ਗ੍ਰਹਿ ਮੰਤਰੀ ਉਹ ਮੁੱਖ ਮੰਤਰੀ ਕੋਲ ਵਸੂਲਿਆ ਜਾਏਗਾ। ਸਾਡਾ ਸੁਰਿੰਦਰ ਸਿੰਘ ਰੰਧਾਵਾ ਜੋ ਉਸ ਟਾਈਮ ਦੇ ਗ੍ਰਹਿ ਮੰਤਰੀ ਉਹ ਜੇਲ੍ਹ ਮੰਤਰੀ ਸੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਸੀ ਐਮ ਦਾ ਕਹਿਣਾ ਜੀ ਤੁਹਾਡੀ ਤਨਖਾਹਾਂ 'ਚੋਂ ਪੈਸੇ ਵਸੂਲੇ, ਕੀ ਤੁਹਾਡਾ ਕਹਿਣਾ? ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਕਿ ਸੀ ਐਮ ਨੋਟਿਸ ਭੇਜੇ ਅਤੇ ਉਹਦਾ ਜਵਾਬ ਮੈਂ ਉਸ ਟਾਈਮ ਦੇਵਾਂਗਾ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਮੇਰੇ ਖਿਆਲ ਕਿ ਸੀ ਐਮ ਦਾ ਥੋੜ੍ਹਾ ਜਿਹਾ ਤਵਾਜਨ ਦਿਮਾਗ ਦਾ ਵਿਗੜ ਗਿਆ ਲੱਗਦਾ, ਔਰ ਜ਼ਿਆਦਾ ਨਾ ਵਿਗੜ ਜਾਏ ਕਿ ਹਰ ਚੀਜ਼ ਨੂੰ ਈਵੈਂਟ ਬਣਾਉਣਾ ਇਹ ਬਹੁਤ ਮੰਦਭਾਗੀ ਗੱਲ ਹੈ। ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਐਲੀਗੇਸ਼ਨ ਲਾਉਣਾ, ਕਿਉਂਕਿ ਨਾ ਆਪਣਾ ਤਾਂ ਇਹਨਾਂ ਦਾ ਕੋਈ ਅਜੇ ਕੋਈ ਪੁਰਾਣੀ ਗੱਲਬਾਤ ਹੈ ਨਹੀਂ, ਅਤੇ ਸਾਡੇ ਪਰਿਵਾਰਾਂ ਦੇ ਇੰਨੇ ਸਾਲ ਹੋ ਗਏ ਅੱਜ ਤੱਕ ਕੋਈ ਉਂਗਲ ਨਹੀਂ ਖੜੀ ਕਰ ਸਕਿਆ, ਉਹਦੇ ਨਾਲ ਦੁੱਖ ਵੀ ਲੱਗਦਾ। ਅਤੇ ਦੂਸਰੀ ਚੀਜ਼ ਮੈਂ ਚੀਫ ਮਿਨਿਸਟਰ ਨੂੰ ਕਹਿਣੀ ਚਾਹੁੰਦਾ ਕਿ ਅਜੇ ਤੱਕ ਪੈਸੇ ਰਿਲੀਜ਼ ਨਹੀਂ ਹੋਏ, ਇਹਦਾ ਮਤਲਬ ਕਿ ਚੀਫ ਮਿਨਿਸਟਰ ਰਿਲੀਜ਼ ਕਰੇਗਾ। ਅਸੀਂ ਰਿਜੈਕਟ ਫਾਈਲ ਕੀਤੀ, ਮੇਰੇ ਵੱਲੋਂ ਹੋਈ ਆ, ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਨੇ ਵਕੀਲ ਕੀਤਾ। ਅਤੇ ਦੂਸਰੀ ਮੈਂ ਇੰਡਸਟਰੀ ਦੇਣੀ ਚਾਹੁੰਦਾ ਕਿ ਜੇਲ੍ਹ ਮਿਨਿਸਟਰ ਵੀ ਅੱਛੀ ਸੀ ਐਮ, ਕਿ ਜੇਲ੍ਹਾਂ ਜਿਹੜੀਆਂ ਨੇ ਇਹ ਕੋਰਟ ਬੰਦੇ ਭੇਜ ਰਹੀਆਂ, ਨਾ ਕਿ ਬੰਦਾ ਸਿੱਧਾ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਸਾਹਿਬ ਇਹ ਕਿਤੇ ਭੁੱਲ ਨਾ ਘਰ ਬੈਠੋ ਕਿ ਸਿੱਧਾ ਵਾਰਡ ਦੋ ਅਤੇ ਬਾਅਦ 'ਚ ਆਪ ਹੀ ਫਸੇ ਫਿਰੋ। ਅਦਾਲਤਾਂ ਦੇ ਅਸੀਂ ਕਸਟੋਡੀਅਨ ਆ, ਅਦਾਲਤ ਭੇਜਦੀ ਆ, ਅਦਾਲਤ ਛੱਡਦੀ ਆ, ਅਦਾਲਤ ਹੀ ਜੇਲ੍ਹ 'ਚ ਭੇਜਦੀ ਆ, ਅਤੇ ਅਦਾਲਤ ਹੀ ਬਾਹਰ ਜੇਲ੍ਹ 'ਚੋਂ ਬਾਹਰ ਖੜ੍ਹਦੀ ਆ। ਉਹਦੇ 'ਚ ਨਾ ਮੰਤਰੀ ਅਤੇ ਨਾ ਗੌਰਮੈਂਟ ਦਾ ਕੋਈ ਰੋਲ ਨਹੀਂ ਹੁੰਦਾ। ਦੂਸਰੀ ਚੀਜ਼, ਮੇਰੇ ਟਾਈਮ 'ਤੇ ਫਾਈਲ ਆਈ ਸੀ, ਉਹਦੇ 'ਤੇ ਮੈਂ ਲਿਖ ਕੇ ਭੇਜ ਦਿੱਤਾ ਕਿ ਉਦੋਂ ਕੋਈ ਚੀਫ ਸੈਕਟਰੀ ਦੀ, ਹੋਮ ਸੈਕਟਰੀ ਜੇਲ੍ਹ ਦੀ, ਜਿਸ ਵੇਲੇ ਕੈਪਟਨ ਆਫ ਸਾਹਿਬ ਦਾ ਟਾਈਮ ਸੀ, ਉਹਦੇ 'ਚ ਆਈ ਸੀਗੇ ਕਿ ਕਮੇਟੀ ਬਣਾਈ ਗਈ। ਮੈਂ ਉਹਨਾਂ ਭੇਜ ਦਿੱਤਾ ਕਿ ਤੁਸੀਂ ਆਪਣੇ ਲੈਵਲ 'ਤੇ ਕਰੋ, ਮੈਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ। ਜਦੋਂ ਨੋਟਿਸ ਆਏਗਾ ਠੋਕ ਕੇ ਜਵਾਬ ਦਊਂਗਾ, ਔਰ ਕੋਰਟ 'ਚ ਵੀ ਜਾਊਂਗਾ, ਔਰ ਕੰਟੈਂਪਟ ਵੀ ਪਾਊਂਗਾ। ਸਰ, ਉਹਨਾਂ ਦਾ ਕਹਿਣਾ ਜੀ ਇਹਨਾਂ ਨੂੰ ਸੀ ਐਮ ਰੱਖਣ ਵਾਸਤੇ ਇਹਨਾਂ ਹਾਈ ਵੱਡੇ ਵੱਡੇ ਲੈਵਲ ਦੇ ਵਕੀਲ ਕੀਤੇ, ਜ਼ਿਆਦਾ ਖਰਚ ਕੀਤੇ। ਬਸ਼ੰਬਰ, ਇਹ ਮੈਂ ਇਹ ਕਰਨੇ ਨਹੀਂ, ਜਿਹੜਾ ਮੈਂ ਮੁਜਰਮ ਵੱਲੋਂ ਨਹੀਂ ਪੇਸ਼ ਹੋਇਆ, ਰਿਸਪੋਂਡੈਂਟ ਸੀਗੇ ਅਸੀਂ,
जेल डिपार्टमेंट, जेल डिपार्टमेंट नूं ये हुण भी जदों कोई केस हुंदा ते इह मुख्यमंत्री बाहरों वकील हायर करदे, हुण वाली गवर्नमेंट भी मेरे ख्याल साडे तों वध कीते होणगे इहनां ने, उहदे च उहनां ने कीता डिफेंड डिपार्टमेंट नूं ने कीता, गवर्नमेंट नूं डिफेंड करना हुंदा, उह जेल डिपार्टमेंट दा काम ही नहीं, वकील करना होम डिपार्टमेंट दा काम होता, तो एडवोकेट जनरल, एडवोकेट जनरल या पेश हो जाए बहुत है, नहीं होता तो उन्होंने करके वो होम डिपार्टमेंट को जाती, महकमे को फाइल नहीं आती, मेरे ख्याल पढ़िया नहीं सी हमने कुछ भी वो इस तरह सुनील रंधावा जी ने कहना जी जे जो मेरे नोट्स है मैं उन्होंने जवाब दे देंगे, दूजी गल जो पेश रखना वो कोर्ट के आर्डर के बंदा रखते ना कि अपने सरकार रखती है, जो जेटो पंजाब के लिए गुरदासपुर तो पिछंबर बिटू।